ਬਹੁਤ ਕੋਸ਼ਿਸ਼ਾਂ ਤੋਂ ਬਾਅਦ ਅੱਜ ਅਸੀਂ ਪਹੁੰਚ ਗਏ ਹਾਂ ਦੋਦੇ ਪਿੰਡ ਦੇ ਵਿੱਚ। ਘੋੜਾ ਮੇਰੇ ਨਾਲ ਬੈਠਾ, ਮੈਂ ਕੈਮਰਾਮੈਨ ਪਰਸਨ ਮੇਰਾ ਜਿਹੜਾ ਉਹਨੂੰ ਵੀ ਜ਼ਰੂਰ ਦਰਸ਼ਨ ਕਰਾਏ ਜਾਣ। ਅਤੇ ਅਸੀਂ ਹੁਣ ਪਹੁੰਚ ਕੇ ਦੋਦੇ ਪਹੁੰਚ ਕੇ ਪਤਾ ਲੱਗਿਆ ਕਿ ਸੰਦੀਪ ਜੀ ਅਜੇ ਜਿਹੜੇ ਨੇ ਉਹ ਮਾਨਸਾ ਗਏ ਹੋਏ ਨੇ, ਕੋਈ ਜ਼ਰੂਰੀ ਕੰਮ ਸੀ ਉਹਨਾਂ ਨੂੰ, ਇਸ ਕਰਕੇ ਉਹ ਚਲੇ ਗਏ ਨੇ। ਪਰ ਇਹ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨੂੰ ਇਹ ਜ਼ਰੂਰੀ ਕੰਮ 10-15 ਵਾਰੀ ਪੈ ਚੁੱਕਿਆ। ਅਸੀਂ ਬਹੁਤ ਵਾਰੀ ਕੋਸ਼ਿਸ਼ ਕੀਤੀ ਆਉਣ ਦੀ ਕਿ ਸੰਦੀਪ ਦੁੱਧ ਦੇ ਨਾਲ ਗੱਲਬਾਤ ਤੁਹਾਡੀ ਕਰਾ ਦਿੱਤੀ ਜਾਵੇ, ਤੋਂ ਇਸ ਕਰਕੇ ਅਸੀਂ ਆ ਤਾਂ ਗਏ ਹਾਂ। ਪਰ ਸੰਦੀਪ ਦੁੱਧ ਦੀ ਵੇਟ ਹੈ, ਉਸ ਤੋਂ ਪਹਿਲਾਂ ਘੋੜਾ ਦੁੱਧਾ ਅਤੇ ਨਾਲ ਰੁਪਿੰਦਰ ਦੁੱਧਾ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੂੰ। ਕਿਉਂ ਕਰਨੀ ਨਹੀਂ ਭਾਈ ਸੰਦੀਪ ਭਾਈ ਕਰੀ ਤੂੰ ਬਾਈ ਯਾਰ ਕਿਉਂ ਕਿਉਂ ਕੋਈ ਠਹਿਰ ਕੇ ਕਰਾਂਗੇ ਗੱਲ ਹੋ ਗਈ ਉਹੀ ਬਸ ਭਾਈ ਵੈਸੀ ਜਾ ਕੇ ਸਿੱਧੇ ਕੈ ਪਰ ਉਹ ਮਿਲਣਾ ਚਾਹੁੰਦੇ ਜਿਹੜੇ ਉਹਨਾਂ ਦਾ ਕੀ ਹੱਲ ਕਰੀਏ ਉਹਨਾਂ ਦਾ ਫਿਰ ਹੱਲ ਕਰ ਦਿੰਦੇ ਅੱਜ ਉਹਨਾਂ ਦਾ ਹੱਲ ਕਰਨਾ ਇਹਨਾਂ ਦਾ ਮੈਨੂੰ ਗਾਉਣ ਦਾ ਸ਼ੌਂਕ ਆ ਤੇ ਮੈਂ ਕਿਹਾ ਮੈਂ ਗਾਉਣਾ ਸਿੱਖਣਾ ਉਹ ਕਹਿੰਦਾ ਕੋਈ ਨੀ ਪਰ ਤੂੰ ਇਹ ਪੜ੍ਹ ਤੇ ਕਹਿੰਦਾ ਜਦੋਂ ਪੜ੍ਹਾਈ ਪੂਰੀ ਕਰ ਲਈ ਕਹਿੰਦਾ ਫਿਰ ਦੇਖੀ ਰੁਪਿੰਦਰ ਕਹਿੰਦਾ ਵੀ ਸੰਦੀਪ ਸਾਡੇ ਤੋਂ ਵੱਡਾ 4-5 ਸਾਲ ਤੇ ਇਸ ਤੋਂ ਵੀ ਬਾਹਰ ਤੋਂ ਡਰਦੇ ਆ ਡਰਦੇ ਕਿਉਂ ਅਮਰਦ ਉਹ ਤਾਂ ਨਾ ਪ੍ਰਦੀਪ ਅਸੀਂ ਨਾ ਕੰਨ ਨੂੰ ਹੱਥ ਲਾ ਲਏ ਵੀ ਨਹੀਂ ਦੰਦ ਕੁੜਿੱਕਾ ਵੱਜੇ ਬਹੁਤ ਭੈੜਾ ਹੋਇਆ ਗਾ ਹੁਣ ਕਿਹੜੀ ਗੱਡੀ ਹੈ ਸਕਾਰਪੀਓ ਸਕਾਰਪੀਓ ਟੀਮ ਜਾਂਦੀ ਹੈ ਪਰ ਸਾਰੀ ਸਕਾਰਪੀਓ ਬਲੈਰੋ ਆ ਉਹ ਅੱਛਾ ਸਕਾਰਪੀਓ ਬਲੈਰੋ ਕਿਵੇਂ ਦੋ ਨਾ ਉਹ ਗੱਡੀ ਦੇ ਸਕਾਰਪੀਓ ਬਲੈਰੋ ਕਿਉਂ ਇੰਜਨ ਬਲੈਰੋ ਦਾ ਸਕਾਰਪੀਓ ਦੀ ਠੀਕ ਹੈ ਠੀਕ